ਬਠਿੰਡਾ ਦੇ ਪਿੰਡ ਪੱਕਾ ਕਰਾਂ ਵਿਖੇ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਦੋ ਫੜ ਕੇ ਕੀਤੇ ਪੁਲਿਸ ਦੇ ਹਵਾਲੇ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਲਗਾਤਾਰ ਕਈ ਵਾਰੀ ਪਿੰਡ ਦੀਆਂ ਬਿਜਲੀ ਦੇ ਜੋ ਮੋਟਰਾਂ 'ਤੇ ਤਾਰਾਂ ਹਨ ਉਹ ਲਾਈਆਂ ਜਾ ਚੁੱਕੀਆਂ ਹਨ, ਲੇਕਿਨ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ, ਲੇਕਿਨ ਅੱਜ ਇਹ ਦੋ ਵਿਅਕਤੀ ਇਹਨਾਂ ਲੋਕਾਂ ਦੇ ਹੱਥੇ ਚੜ੍ਹ ਗਏ ਅਤੇ ਜਦੋਂ ਪੁਲਿਸ ਆਈ ਤਾਂ ਉਸ ਵੇਲੇ ਇਹਨਾਂ ਲੋਕਾਂ ਨੇ ਕਾਫੀ ਹੰਗਾਮਾ ਕੀਤਾ। ਦੇਖ ਰਹੇ ਹੋ ਤਸਵੀਰਾਂ, ਬਠਿੰਡਾ ਦੇ ਪਿੰਡ ਪੱਕਾ ਕਲਾਂ ਵਿਖੇ ਇਹਨਾਂ ਲੋਕਾਂ ਵੱਲੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਫੜ ਲਏ ਹਨ ਅਤੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤੇ। ਲੋਕਾਂ ਨੇ ਕਾਫੀ ਹੰਗਾਮਾ ਵੀ ਕੀਤਾ, ਉਹਨਾਂ ਇਹ ਪੁਲਿਸ 'ਤੇ ਇਲਜ਼ਾਮ ਲਾਏ ਕਿ ਇਸ ਤੋਂ ਪਹਿਲਾਂ ਅਸੀਂ ਕਈ ਵਾਰੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ, ਲੇਕਿਨ ਕੋਈ ਵੀ ਪੁਲਿਸ ਕਰਮਚਾਰੀ ਇੱਥੇ ਨਹੀਂ ਪਹੁੰਚਿਆ, ਜਿਸ ਨੂੰ ਲੈ ਕੇ ਲਗਾਤਾਰ ਇਸ ਪਿੰਡ ਤੋਂ ਇਹ ਤਾਰਾਂ ਚੋਰੀ ਹੋ ਰਹੀਆਂ ਸਨ। ਜਿਹੜੀ ਵੀਡੀਓ ਵੀ ਬਣਾ ਕੇ ਪਾਈ ਸੀ ਅਤੇ ਐਪਲੀਕੇਸ਼ਨ ਸੰਗਤ ਥਾਣੇ ਦੇ ਵਿੱਚ ਅਸੀਂ ਦੇ ਕੇ ਆਉਂਦੀ ਸੀ 16 ਤਰੀਕ ਨੂੰ। ਇਸ ਤੋਂ ਬਾਅਦ ਹੁਣ ਜਨਵਰੀ ਤੋਂ ਲੈ ਕੇ ਮਈ ਦਾ ਮਹੀਨਾ ਚੱਲ ਪਿਆ, 4 ਮਹੀਨਿਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਲ ਘੱਟੋ ਘੱਟ ਆਪਣੇ ਪਿੰਡੋਂ ਮੈਨੂੰ ਲੱਗਦਾ 5-7 ਐਪਲੀਕੇਸ਼ਨਾਂ ਪਹੁੰਚੀਆਂ ਹੋਣਗੀਆਂ। 5 ਮਹੀਨਿਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਇੱਕ ਗੇੜਾ ਕਿਸੇ ਦੀ ਮੋਟਰ 'ਤੇ ਨਹੀਂ ਮਾਰਿਆ, ਇੱਕ ਗੇੜਾ ਕਿਸੇ ਦੇ ਕੋਲ ਆ ਕੇ ਨਹੀਂ ਪੁੱਛਿਆ, ਕਿਸੇ ਸਰਪੰਚ ਕੋਲੋਂ ਨਹੀਂ ਪੁੱਛਿਆ, ਕਿਸੇ ਮੈਂਬਰ ਕੋਲੋਂ ਨਹੀਂ ਪੁੱਛਿਆ। ਇੰਨੀ ਢਿੱਲੀ ਕਾਰਗੁਜ਼ਾਰੀ, ਲੋਕ ਵਿਚਾਰੇ ਦਿਨੇ ਤਾਂ ਇੱਥੇ ਸਾਰਾ ਦਿਨ ਧੁੱਪੇ ਖਾਂਦੇ ਆ, ਰਾਤ ਨੂੰ ਮੋਟਰਾਂ ਦੇ ਉੱਤੇ ਜਾਂਦੇ ਆ, ਰਾਖੀ ਰੱਖਦੇ ਆ, ਤੱਬੇ ਪਏ ਆ ਬਈ। ਜੇ ਹੁਣ ਪ੍ਰਸ਼ਾਸਨ ਆਉਂਦਾ ਇੱਥੇ ਪਹਿਲਾਂ ਤਾਂ ਉਹਦੇ ਨਾਅਰੇਬਾਜ਼ੀ ਕਰਕੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਕਰੋ ਸਾਰੇ ਜਣੇ, ਉਹਨਾਂ ਦੀ ਕਾਰਗੁਜ਼ਾਰੀ ਕਰਕੇ ਆ ਸਾਰਾ ਕੁਛ ਆਪਾਂ। ਮਨਦੀਪ ਸਿੰਘ ਜੀ, ਕੀ ਗੱਲ ਹੋ ਗਈ ਅੱਜ? ਇਹ ਜੀ, ਸਵੇਰੇ ਮੇਰਾ ਭਾਈ ਖੇਤ ਗੇੜਾ ਮਾਰਨ ਗਿਆ ਜੀ, 5 ਕੁ ਦਾ ਟਾਈਮ ਹੋਣਾ ਜੀ, ਉਹਨੇ ਦੇਖਿਆ ਤੇ ਬੰਦਾ ਇਹ ਤਾਰਾਂ ਕੱਟੀ ਜਾਂਦਾ ਜੀ, ਤਾਂ ਇਹਨੂੰ ਦੇਖ ਕੇ ਇਹਦੇ ਭੱਜ ਲਿਆ। ਉਹ ਮੇਰੇ ਭਾਈ ਦੇ ਲੱਤ ਟੁੱਟੀ ਵੀ ਆ, ਉਹਦੇ ਸਿਰਕਾ ਪਾਇਆ ਹੋਇਆ, ਉਹ ਤੋਂ ਭੱਜਿਆ ਨਹੀਂ ਜਾਂਦਾ। ਉਹਨੇ ਕੱਸੀ ਦੇ ਆ ਕੇ ਦਵਾ ਦਾ, ਉਹਨੇ ਇੱਥੇ ਵੀ ਕਹਿੰਦਾ ਬਾਬਾ ਝੋਲਾ ਸਿੱਟ ਕੇ ਤਾਰਾਂ ਵੱਢ ਕੇ ਪਾਈ ਬੈਠਾ ਜੀ ਬੈਗ 'ਚ ਜੀ, ਕਹਿੰਦਾ ਉਹ ਜਾਂਦਾ ਬੰਦਾ ਭੱਜਿਆ, ਮਾਣੇ ਮਾਣੇ ਭੱਜਿਆ ਜਾਂਦਾ ਸੀਗਾ ਇਹ। ਉਹ ਬਾਬਾ ਸੀਗਾ ਨਾਰਾ, ਉਹਦੇ ਕੋਲ ਸਕੂਟਰੀ ਸੀ ਅਤੇ ਉਹਨੇ ਲੈ ਕੇ ਨਾਲ ਮਾਰ ਭੱਜ ਲਏ। ਉਹਨਾਂ ਨੇ ਜਾ ਕੇ ਇਹ ਬਾਬੇ ਰਜਿੰਦਰ ਕੀ ਮੋਟਰ ਕੋਲ ਜਾ ਕੇ ਫੜ ਲਿਆ ਇਹਨੂੰ, ਉੱਥੋਂ ਫੜਿਆ। ਜਦੋਂ ਇਹਨੂੰ ਅਸੀਂ ਸਾਰਾ ਸਿੱਖ ਵੀ ਦੱਸਦੇ, ਇਹ ਕਹਿੰਦਾ ਵੀ ਮੈਨੂੰ 300 ਰੁਪਇਆ ਦਿੰਦੇ ਆ, ਮੈਂ ਤਾਰਾਂ ਵੱਢਦਾ ਅਤੇ ਬਾਜੀਗਰਾਂ ਨੂੰ ਵੇਚਦਾ ਮਲਕੀਤ ਨੂੰ ਅਤੇ ਮੁਖਤਿਆਰੇ ਨੂੰ। ਅਤੇ ਉਹ ਬੰਦੇ ਜੀ ਹੁਣ ਅਸੀਂ ਵੱਢਣ ਵਾਲਾ ਵੀ ਫੜਿਆ ਗਿਆ ਅਤੇ ਜਿਹੜਾ ਗਾਹਾਂ ਖਰੀਦਦਾ ਉਹ ਵੀ ਫੜਿਆ ਗਿਆ। ਜੇ ਹੁਣ ਕੋਈ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਤਾਂ ਇਹਦੇ 'ਚੋਂ ਵੀ ਪ੍ਰਸ਼ਾਸਨ ਦੀ ਨਲਾਇਕੀ ਮੰਨੀ ਜਾਊਗੀ ਜੀ। ਬਹੁਤ ਜ਼ਿਆਦਾ ਦਰਖਾਸਤਾਂ ਜਾ ਚੁੱਕੀਆਂ ਸਾਡੇ ਪਿੰਡ ਵੱਲੋਂ, ਤਬੇ ਪਏ ਹਾਂ ਜੀ, ਦਿਨੇ ਖੇਤ ਕੰਮ ਕਰਦੇ ਹਾਂ, ਰਾਤ ਨੂੰ ਮੋਟਰਾਂ 'ਤੇ ਰਾਖੀ ਪੈਂਦੇ ਹਾਂ। ਅਤੇ ਇਹ ਸਾਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ, ਸਾਡੀ ਸਰਕਾਰ ਨੂੰ, ਵੀ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਚੋਰੀ ਰੁਕ ਜਾਵੇ, ਜ਼ਿਮੀਦਾਰ ਆਪਦੀ ਚੈਨ ਦੀ ਨੀਂਦ ਸੌ ਸਕੇ।